ਜੀ ਅਸਲਾਮ ਵਾਲੇਕੁਮ ਰਹਿਮਤੁਲਾਹਿ ਬਰਕਾਤਹੁ। ਕੀ ਹਾਲ ਚਾਲ ਸਾਰੇ ਗਰੁੱਪ ਵਾਲਿਆਂ ਦਾ? ਹੋਰ ਸੁਣਾਓ, ਸਭ ਠੀਕ ਠਾਕ ਹੋ? ਉਮੀਦ ਹੈ ਕਿ ਸਾਰੇ ਠੀਕ ਠਾਕ ਹੋਣਗੇ। ਬਮਾ ਫੈਮਿਲੀ ਇੱਧਰ ਵੀ ਰੱਬ ਦਾ ਕਰਮ ਆਸਾਨ ਹੈ, ਸ਼ੁਕਰ ਹੈ। ਜੀ ਅਤੇ ਅਸਲਾਮ ਅਲੈਕੁਮ ਰਹਿਮਤੁਲਾਹ ਹਾਂਜੀ, ਸਭ ਤੋਂ ਪਹਿਲੇ ਜੀ, ਤਾਂ ਮੇਰੇ ਅਸਲਾਮ ਅਲੈਕੁਮ ਜੀ, ਹਾਂਜੀ ਕੀ ਹਾਲ ਸਭ ਚਾਲ ਤੋਂ ਨੇ? ਪਹਿਲੇ ਤਾਂ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰੋ, ਤੁਹਾਨੂੰ ਆਉਣ ਵਾਲੀਆਂ ਵੀਡੀਓ ਹੋਰ ਵੀ ਮਿਲਦੀਆਂ ਰਹਿਣਗੀਆਂ। ਅਤੇ ਅਸੀਂ ਜਿਹੜਾ ਕਿ ਪਹਿਲੇ ਜਿਹੜੀ ਵੀਡੀਓ ਬਣਾਈ ਸੀ ਉਹ ਪਾਰਟ 1 ਨੇ, ਕਿਉਂਕਿ ਫਿਰ ਉਹ ਲੰਬੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਮੈਂ ਕਿਹਾ ਚਲੋ ਦੋ ਤਿੰਨ ਪਾਰਟਾਂ 'ਚ ਕਰ ਲੈਂਦੇ, ਇੱਕ ਆਸਾਨੀ ਰਹੇਗੀ। 8-10 ਮਿੰਟ 12 ਮਿੰਟ ਦੀ ਵੀਡੀਓ ਹਰ ਕੋਈ ਦੇਖ ਲੈਂਦਾ, ਜਦੋਂ ਬਹੁਤੀ ਲੰਬੀ ਹੋ ਜਾਂਦੀ ਹੈ ਤਾਂ ਕਿਹਦੇ ਕੋਲ ਇੰਨਾ ਟਾਈਮ ਹੈ ਕਿ ਇੰਨਾ ਲੰਬਾ ਕਰੇ। ਅਤੇ ਹੁਣ ਅੱਗੋਂ ਵੀਡੀਓ ਜਿਹੜੀ ਹੈ ਉਹਦਾ ਪਾਰਟ 2 ਜਿਹੜਾ ਹੈ, ਜਿਹੜਾ ਅਗਲਾ ਕੁਐਸਚਨ ਹੈ ਉਹ ਹੁਣ ਚੱਲਣ ਲੱਗਾ, ਅਤੇ ਮੈਂ ਸਟਾਪ ਕਰਕੇ ਅਤੇ ਨਸੀਮ ਨੂੰ ਦਿੰਦਾ, ਅਤੇ ਉਸ ਤੋਂ ਬਾਅਦ ਜਿਹੜਾ ਹੈ ਕਿ ਉਹਦਾ ਇਹਦਾ ਕੁਐਸਚਨ ਤਾਂ ਕਰੇਗਾ, ਅਤੇ ਫਿਰ ਅੱਗੋਂ ਆਪਣਾ ਪ੍ਰੋਫੈਸਰ ਸਾਹਿਬ ਉਹਦਾ ਜਵਾਬ ਦੇਣਗੇ। ਜੀ ਜਿੰਦਗੀ, ਅਸੀਂ ਪਿਛਲੇ ਪਾਰਟ ਦੇ ਵਿੱਚ ਗੱਲ ਕਰ ਰਹੇ ਸੀਗੇ ਕਿ ਅੱਖ ਦੇ ਮੁਤਲਕ ਪੁੱਛ ਰਹੇ ਸੀਗੇ ਪ੍ਰੋਫੈਸਰ ਸਾਹਿਬ ਤੋਂ, ਤੇ ਜ਼ਮੀਨ ਵੀ ਕਲੀਅਰ ਹੋ ਗਈ ਸੀਗੀ, ਤਿਲ ਦਾ ਵੀ ਹੋ ਗਿਆ ਸੀਗਾ, ਉਹਦੇ ਨਾਲ ਜਿਹੜਾ ਸਰਕਲ ਹੈ ਉਹਦੀ ਵੀ ਗੱਲ ਹੋ ਗਈ ਸੀਗੀ। ਹੁਣ ਲਾਸਟ 'ਤੇ ਮੇਰਾ ਪ੍ਰੋਫੈਸਰ ਸਾਹਿਬ ਨੂੰ ਇੱਕੋ ਸਵਾਲ ਹੈ ਕਿ ਜਿਹੜਾ ਲਾਸਟ ਦੇ ਉੱਤੇ ਜਿਹਨੂੰ ਅਕਸਰ ਬੋਲਦੇ ਨੇ ਹੈਲਥ ਰਿੰਗ, ਹੈ ਇਹਦਾ ਕੀ ਕਿਰਦਾਰ ਹੁੰਦਾ ਕਬੂਤਰ ਦੀ ਅੱਛੇ ਕਬੂਤਰ ਹੋਣ ਦੇ ਵਿੱਚ? ਜੀ ਹਾਜ ਸਾਹਿਬ, ਮੈਂ ਦੇਖੋ, ਮੈਂ ਤੁਸੀਂ ਗੌਰ ਕਰੋ ਔਰ ਆਪਣਾ ਨਸੀਮ ਅਹਿਮਦ ਸਾਹਿਬ ਆਪ ਤੁਸੀਂ ਗੌਰ ਕਰੋ, ਐਂਡ 'ਤੇ ਨਾ ਇੱਕ ਮੋਟਾ ਦਾਇਰਾ ਹੁੰਦਾ ਜਿਹੜਾ ਕਿ ਸਿਆਲਕੋਟੀਆਂ ਤੋਂ ਬਹੁਤ ਹੀ ਕਲੀਅਰ ਨਜ਼ਰ ਆਉਂਦਾ, ਲੇਕਿਨ ਜਿਹੜੇ ਕਸੂਰੀ ਜਾਂ ਇੰਗਲਿਸ਼ ਬਰਡ ਨੇ, ਲੋ ਫਲਾਇਰ ਜਾਂ ਹਾਈ ਫਲਾਇਰ, ਉਹਨਾਂ ਦਾ ਹਤੇ ਜਿਹੜਾ ਦਾਇਰਾ ਸਿਹਤ ਹੈ ਨਾ, ਉਹ ਬਿਲਕੁਲ ਹੀ ਗੈਰ ਮਹਿਸੂਸ ਜਾਂ ਗ੍ਰੇ ਕਲਰ 'ਚ ਹੁੰਦਾ, ਜਿਹੜਾ ਕਿ ਮੋਮਨ ਨਜ਼ਰ ਵੀ ਨਹੀਂ ਆਉਂਦਾ। ਇਸ ਦਾਇਰੇ ਦਾ ਅਮਲ ਦਾ ਹੱਲ ਉਹਦੀ ਸਿਹਤ ਨਾਲ ਵੀ ਹੁੰਦਾ ਔਰ ਉਹਦੀ ਨਸਲ ਨਾਲ ਵੀ ਹੁੰਦਾ। ਸਿਆਲਕੋਟੀਆਂ 'ਚ ਤਾਂ ਬਹੁਤ ਮੋਟੇ ਦਾਇਰੇ ਹੁੰਦਾ, ਜਿਹਨੂੰ ਆਖਰੀ ਮੋਟਾ ਵੱਡਾ ਦਾਇਰਾ ਕਹਿੰਦੇ ਨੇ, ਬਿਲਕੁਲ ਇਹ ਛੁਪਿਆ ਰਹਿੰਦਾ, ਨਜ਼ਰ ਨਹੀਂ ਆਉਂਦਾ। ਜਿਸ ਨੂੰ ਅੱਖ ਪੁੱਟੀ ਹੈ ਨਾ, ਫਿਰ ਹਲਕਾ ਜਿਹਾ ਨਜ਼ਰ ਆਉਂਦਾ। ਕਸੂਰੀ ਕਬੂਤਰਾਂ 'ਚ ਜਾਂ ਟੈਡੀ ਕਬੂਤਰਾਂ 'ਚ ਤਾਂ ਬਿਲਕੁਲ ਹੀ ਗ੍ਰੇ ਕਲਰ 'ਚ ਹੁੰਦਾ, ਲੇਕਿਨ ਸਿਆਲਕੋਟੀ 'ਚ ਬਹੁਤ ਹੀ ਮੈਰੂਨ ਕਲਰ ਦਾ ਅਤੇ ਗਹਿਰਾ ਮੋਟਾ ਹੁੰਦਾ ਵੇ। ਠੀਕ ਹੈ, ਇਹਨੂੰ ਸਿਹਤ ਨਾਲ ਵੀ ਅਮਲ ਦਾ ਹਲੇ ਔਰ ਇਹਦੀ ਨਸਲ ਨਾਲ ਵੀ। ਅਗਰ ਤੁਹਾਨੂੰ ਪਰਾਂ ਤੋਂ ਪਹਿਚਾਣ ਨਹੀਂ ਹੋ ਰਹੀ ਕਿ ਪਰਾਂ ਤੋਂ ਪਤਾ ਨਹੀਂ ਚੱਲ ਰਿਹਾ ਕਿ ਇਹ ਸਿਆਲਕੋਟੀ ਹੈ ਕਿ ਕਸੂਰੀ ਬਲੱਡ ਹੈ, ਤਾਂ ਤੁਸੀਂ ਇਹਦੇ ਹੱਤੇ ਦਾਰਾ ਸਿਹਤ ਹੈ ਨਾ, ਜਿਹਦਾ ਮੋਟਾ ਦਾਰ ਐਂਡ ਦੇ ਉੱਤੇ ਆਖਰੀ ਦਾਰਾ ਸਿਹਤ ਦਾ ਕਹਿੰਦੇ ਨੇ, ਹੈਲਥ ਰਿੰਗ ਹੋ ਗਿਆ, ਹੈਲਥ ਰਿੰਗ ਕਹਿ ਲਓ ਜਾਂ ਤੁਸੀਂ ਉਹਨੂੰ, ਸਭ ਤੋਂ ਵੱਡਾ ਦਾਇਰਾ ਹੀ ਹੁੰਦਾ। ਇਹਦੇ ਤੋਂ ਵੀ ਪਤਾ ਚੱਲ ਜਾਂਦਾ ਕਿ ਸਿਆਲਕੋਟੀ ਪਾ ਰਹੇ ਜਾਂ ਕਸੂਰੀ ਪਾ ਰਹੇ ਜਾਂ ਲਾਹੌਰ ਦੇ ਵਿੱਚ ਟੈਡੀ ਚੱਲਦੇ ਨੇ। ਉਹ ਟੈਡੀਆਂ ਦਾ ਨਾਰਮਲੀ ਗ੍ਰੇ ਹੀ ਹੁੰਦਾ, ਠੀਕ ਹੈ ਜੀ, ਕਸੂਰੀਆਂ ਦਾ ਕਲੇਜੀ ਵੀ ਹੋ ਸਕਦਾ, ਲੇਕਿਨ ਨਾਰਮਲੀ ਉਹਨਾਂ ਦਾ ਵੀ ਲਾਈਟ ਹੀ ਹੁੰਦਾ। ਔਰ ਸਿਆਲਕੋਟੀ ਦਾ ਜੀ, ਸਿਆਲਕੋਟੀ ਬਹੁਤ ਗਹਿਰਾ ਹੁੰਦਾ ਔਰ ਬਲੈਕ ਕਲਰ 'ਚ, ਬਲੈਕ ਨਾਰਮਲੀ ਬਲੈਕ ਹੁੰਦਾ, ਲੇਕਿਨ ਬਲੈਕ ਮੈਰੂਨ ਟਾਈਪ ਹੁੰਦਾ ਜਿਹਨੂੰ ਤੁਸੀਂ ਕਲੇਜੀ ਵੀ ਕਹਿ ਸਕਦੇ ਹੋ, ਲੇਕਿਨ ਡਾਰਕ ਬਰਾਊਨ ਕਹਿ ਸਕਦੇ, ਡਾਰਕ ਬਰਾਊਨ ਜਾਂ ਬਲੈਕ ਹੁੰਦਾ, ਲੇਕਿਨ ਬਹੁਤ ਮੋਟਾ ਦਾਇਰਾ ਹੁੰਦਾ ਹੈ। ਇਸ ਤਰ੍ਹਾਂ ਬਿਲਕੁਲ ਨਾਮਲੂਮ ਜ਼ਿਆਦਾ, ਲੇਕਿਨ ਉਹ ਬਹੁਤ ਕਲੀਅਰ ਹੁੰਦਾ, ਇਸ ਤੋਂ ਪਤਾ ਚੱਲ ਜਾਂਦਾ ਕਿ ਉਹ ਸਿਆਲਕੋਟੀ ਬਲੈਕ। ਅੱਛਾ, ਦੂਸਰਾ ਕੁਐਸਚਨ ਇਹ ਕਿ ਜਿਹੜੇ ਅੱਖ ਦੇ ਨਾਲ ਪਲਕ ਦਾ ਬਰੀਕ ਹੋਣਾ ਔਰ ਮੋਟਾ ਹੋਣਾ, ਉਹਦਾ ਕੀ ਫਾਇਦਾ ਵੇ ਔਰ ਕੀ ਨੁਕਸਾਨ ਹੈ, ਇਹ ਜ਼ਰਾ ਥੋੜਾ ਦੱਸ। ਬਰੀਕ ਪਲਕ ਜਿਤਨੀ ਬਰੀਕ ਹੋਏਗੀ ਉਸਦਾ ਕਬੂਤਰ ਦੀ ਨਜ਼ਰ 'ਤੇ ਬਿਲਕੁਲ ਬਹੁਤ ਇਫੈਕਟ ਕਰਦਾ। ਅਗਰ ਮੋਟੀ ਪਲਕ ਦਾ, ਜਿਸ ਵੇਲੇ ਉਹ ਸ਼ਦੀਦ ਗਰਮੀ 'ਚ ਉੱਡਦਾ, ਤਾਂ ਮੋਟੀ ਪਲਕ ਖੁਸ਼ਕ ਹੋ ਕੇ ਬਿਲਕੁਲ ਉਹਦਾ ਹਾਰਡ ਹੋ ਜਾਂਦੀ ਹੈ, ਹਾਰਡ ਹੋਣ ਦੀ ਵਜ੍ਹਾ ਨਾਲ ਉਹ ਫਿਰ ਉਹ ਤੁਸੀਂ ਆ ਜਾਓ ਨਾਲ ਕਲੀਅਰ, ਬਾਰ ਬਾਰ ਕਲੀਅਰ ਨਹੀਂ ਕਰ ਸਕਦਾ ਅੱਖ ਨੂੰ, ਔਰ ਅੱਖ ਫਟੀ ਦੀ ਫਟੀ ਔਰ ਖੁਸ਼ਕ ਵੀ ਹੋ ਜਾਂਦੀ। ਲੇਕਿਨ ਜਿਹਦੀ ਪਲਕ
ਬਰੀਕ ਹੈ ਔਰ ਆਸਾਨੀ ਦੇ ਨਾਲ ਉਹ ਫਿਰ ਸਖਤ ਮੌਸਮ ਵਿੱਚ ਵੀ ਨਾ ਮੂਵਮੈਂਟ ਕਰ ਸਕਦਾ। ਸਖਤ ਪਲਕ ਵਾਲਾ ਮੋਟੀ ਪਲਕ ਵਾਲਾ ਕਬੂਤਰ ਗਰਮੀਆਂ ਚ ਅਕਸਰ ਨਾਕਾਮ ਹੋ ਜਾਂਦਾ। ਨਾਕਾਮ ਹੋ ਜਾਂਦਾ ਇਹਦੇ ਵਿੱਚ ਅੱਖ ਜਿੰਨੀ ਚਮਕੀਲੀ ਹੋਏਗੀ, ਪਾਣੀ ਆਰ ਹੋਏਗੀ, ਉਹ ਜ਼ਿਆਦਾ ਅੱਛਾ ਪਰਿੰਦਾ ਹੈ ਕਿ ਇਹ ਵਾਈਪਰ ਉਹਦੇ ਅੱਛੀ ਤਰ੍ਹਾਂ ਕੰਮ ਕਰ ਰਹੇ ਨੇ, ਦਰੇ ਵਗੈਰਾ ਕੋਈ ਵੀ ਬਾਰ ਬਾਰ ਉਹਨੇ ਅੱਖ ਕਲੀਅਰ ਕਰਨੀ ਹੁੰਦੀ ਹੈ ਨਾ, ਤੇ ਮੋਟਾ ਅਗਰ ਉਹ ਪਲਕ ਵਾਲਾ ਤੇ ਉਹ ਕਲੀਅਰ ਨਹੀਂ ਕਰ ਸਕਦਾ। ਇੱਕ ਟਾਈਮ ਆਉਂਦਾ ਉਸ ਤੋਂ ਬਾਅਦ ਬਿਲਕੁਲ ਅੱਖ ਖੁੱਲੀ ਰਹਿ ਜਾਂਦੀ ਹੈ, ਕਬੂਤਰ ਦੀ ਅੱਖ ਖੁਸ਼ਕ ਹੋ ਜਾਂਦੀ ਹੈ, ਕਬੂਤਰ ਗਿਰ ਜਾਂਦਾ। ਮੇਰਾ ਖਿਆਲ ਹੈ ਕਿ ਤਮਾਮ ਦੋਸਤਾਂ ਨੂੰ ਅੱਖ ਦੇ ਮੁਤਲਕ ਤੇ ਪਤਾ ਚੱਲ ਗਿਆ ਹੋਣਾ। ਤੇ ਦੂਸਰਾ ਜਿਹੜਾ ਹੁਣ ਦੂਸਰਾ ਸਵਾਲ ਜਿਹੜਾ ਮੇਰਾ ਵੇ ਹੱਡੀ ਤੋਂ ਮੁਤਲਕ ਹੈ ਨਾ, ਕਿ ਕਈ ਉਸਤਾਦ ਇੰਚੀ ਟੇਪ ਲੈ ਕੇ ਮਿਲ ਰਹੇ ਹੁੰਦੇ ਨੇ ਜਾਂ ਉਂਗਲਾਂ ਲੈ ਕੇ ਮਿਲ ਰਹੇ ਹੁੰਦੇ ਨੇ ਕਿ 3 ਇੰਚ ਹੋਵੇ ਜਾਂ 4 ਇੰਚ ਹੋਵੇ, ਸਖਤ ਹੱਡੀ ਹੋਵੇ ਜਾਂ ਨਰਮ ਹੱਡੀ ਹੋਵੇ, ਜੋੜਾਂ ਜਿਹੜਾ ਲਾਸਟ ਤੇ ਜੋੜ ਹੁੰਦਾ ਕਬੂਤਰ ਦਾ ਔਰ ਹੱਡੀ ਦਾ ਔਰ ਉਹਦਾ ਗੈਪ ਕਿੰਨਾ ਕੱਚਾ ਰਹਿੰਦਾ, ਇਹਦੇ ਤੇ ਅਗਰ ਤੁਸੀਂ ਸਾਡੇ ਨਾਜ਼ਰੀਨ ਨੂੰ ਥੋੜਾ ਕਲੀਅਰ ਕਰ ਦੋਗੇ ਕਿ ਨਰਮ ਹੱਡੀ ਔਰ ਸਖਤ ਹੱਡੀ ਔਰ ਕਸ਼ਤੀ ਨੁਮਾ ਜਾਂ ਚਪਟੀ ਹੱਡੀ, ਇਹਦਾ ਕੀ ਅਮਲ ਦਖਲ ਹੈ? ਬਿਲਕੁਲ ਦੋਸਤ, ਬਾਤ ਹੈ, ਤਮਾਮ ਉਸਤਾਦ ਇਹੋ ਹੀ ਮਸ਼ਵਰਾ ਦਿੰਦੇ ਨੇ ਕਿ ਹੱਡੀ ਜ਼ਰਾ ਲੰਬੀ ਹੋਣੀ ਚਾਹੀਦੀ, ਲੇਕਿਨ ਹੱਡੀ ਜਿਤਨੀ ਮਰਜ਼ੀ ਲੰਬੀ ਹੋ ਜਾਏ ਅਗਰ ਉਹ ਨਰਮ ਹੈ ਤਾਂ ਬੇਕਾਰ। ਅੱਛਾ, ਠੀਕ ਹੈ, ਪਹਿਲੀ ਗੱਲ ਹੱਡੀ ਜਿਤਨੀ ਮਰਜ਼ੀ ਛੋਟੀ ਹੋ ਜਾਏ ਲੇਕਿਨ ਉਹ ਹਾਰਡ ਹੈ ਤੇ ਕਾਰਾਮਦ ਹੈ, ਇਹ ਗੱਲ ਕਲੀਅਰ ਰੱਖਣਾ ਦੇਣ ਚ ਅਗਰ ਸ਼ੌਕ ਕਰਨਾ। ਲੇਕਿਨ ਅਗਰ ਉਸਤਾਦ ਕੁਛ ਕਹਿੰਦੇ ਨੇ ਤਾਂ ਉਹਨਾਂ ਦਾ ਆਪਣਾ ਤਜਰਬਾ ਹੈ, ਅਮੂਮਨ ਇੱਕ ਉਸਤਾਦ ਦੂਸਰੇ ਦੀ ਕਾਪੀ ਕਰਦਾ ਹੈ, ਉਸ ਤੋਂ ਬਿਹਤਰ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਲੇਕਿਨ ਹਕੀਕਤ ਕੁਛ ਹੋਰ ਹੁੰਦੀ ਹੈ। ਲੇਕਿਨ ਇਸ ਗੱਲ ਨਾਲ ਅਮਲ ਦਖਲ ਨਹੀਂ ਹੈਗਾ ਕਿ ਹੱਡੀ ਛੋਟੀ ਹੈ ਜਾਂ ਵੱਡੀ ਹੈ, ਉਹਦਾ ਫਰੇਮ ਅਗਰ ਬਿਲਕੁਲ ਬੈਲੈਂਸ ਹੈ ਛੋਟੀ ਹੱਡੀ ਵਾਲੇ ਦਾ ਔਰ ਸਖਤ ਫਰੇਮ ਹੈ, ਉਹ ਗਰਮੀ ਬਰਦਾਸ਼ਤ ਕਰੇਗਾ, ਉਹ ਭੁੱਖ ਬਰਦਾਸ਼ਤ ਕਰੇਗਾ, ਉਹ ਉਸਦਾ ਜਿਸਮ ਉਹਨੂੰ ਘਰ ਆਉਣ 'ਚ ਮਦਦ ਦੇਗਾ। ਅਗਰ ਲੰਬੀ ਹੱਡੀ ਨਰਮ ਹੈ ਉਹ ਜਿਸ ਰੁੱਖ ਗਿਆ ਫਿਰ ਉੱਧਰ ਹੀ ਰਹਿ ਜਾਏਗਾ, ਅਗਰ ਉਹ ਹਾਰਡ ਹੈ ਤਾਂ ਸ਼ਾਇਦ ਪੜਤਾਵੇ। ਜੇ ਬਹੁਤ ਸਾਰੇ ਲੋਕ ਬਟੇਰੇ ਬਟੇਰੇ ਤਲਾਸ਼ ਕਰਦੇ ਨੇ, ਬਟੇਰੇ ਦੀ ਹੱਡੀ 'ਤੇ ਦੋ ਉਂਗਲ ਵੀ ਨਹੀਂ। ਬਟੇਰਾ ਨਾਂ ਇਸ ਲਈ ਸੀ ਕਿ ਉਹ ਹੱਥ 'ਚ ਫੜਿਆ ਦਾ ਕਬੂਤਰ ਨਹੀਂ ਸੀ ਨਜ਼ਰ ਆਉਂਦਾ, ਇਸ ਤਰ੍ਹਾਂ ਲੱਗਦਾ ਸੀ ਕਿ ਬਟੇਰਾ ਆਵੇ। ਇਹ ਸਾਡੇ ਆਪਣੇ ਸਾਡੇ ਬਜ਼ੁਰਗ ਉਸਤਾਦਾਂ ਦੀਆਂ ਆਪਸ 'ਚ ਬਹਿਸਾਂ ਨੇ, ਆਪਣੀ ਅੱਖੀਂ ਉਹਨਾਂ ਉਸਤਾਦਾਂ ਨੂੰ ਦੇਖਿਆ ਵੇ, ਉਹਨਾਂ ਦੇ ਕਬੂਤਰਾਂ ਨੂੰ ਦੇਖਿਆ ਵੇ। ਅੱਜ ਦੇ ਦੌਰ 'ਚ ਉਹਨਾਂ ਅਕਸਰੀਅਤ ਨੇ ਉਹਨਾਂ ਉਸਤਾਦਾਂ ਨੂੰ ਨਹੀਂ ਦੇਖਿਆ ਅਤੇ ਨਾ ਉਹਨਾਂ ਦੇ ਕਬੂਤਰਾਂ ਨੂੰ ਦੇਖਿਆ। ਬਸ ਅੱਜ ਇਹ ਚੱਲ ਰਿਹਾ ਟ੍ਰੈਂਡ ਕਿ ਹੱਡੀ ਜ਼ਰਾ ਲੰਬੀ ਹੋਣੀ ਚਾਹੀਦੀ, 4 ਉਂਗਲਾਂ ਹੋਣੀ ਚਾਹੀਦੀ। ਜਿਸ ਬੰਦੇ ਦਾ ਜਿਸ ਤਰ੍ਹਾਂ ਦਾ ਤਜਰਬਾ ਉਹ ਸਹੀ ਕਹਿੰਦਾ ਵੇ, ਲੇਕਿਨ ਸਾਡੇ ਤਜਰਬੇ 'ਚ ਇਹ ਵੇ ਕਿ ਹੱਡੀ 2 ਇੰਚ ਹੋਵੇ ਜਾਂ 5 ਇੰਚ ਹੋਵੇ, ਹਾਰਡ ਹੋਵੇ ਤਾਂ ਫਿਰ ਕੰਮ ਕਰਦਾ, ਵਰਨਾ ਗੋਸ਼ਤ ਵਾਲੇ ਕਬੂਤਰ ਦਾ ਕੋਈ ਕੰਮ ਨਹੀਂ। ਜੀ ਪ੍ਰੋਫੈਸਰ ਸਾਹਿਬ, ਮੇਰਾ ਦੂਜਾ ਸਵਾਲ ਹੈ, ਉਸਤਾਦ ਕਬੂਤਰ ਪਕੜਦੇ ਨੇ ਇੰਜ ਤੇ ਇੱਥੋਂ ਕਰਕੇ ਇੰਜ ਹੱਥ ਫੇਰਦੇ ਨੇ ਤੇ ਚੈੱਕ ਕਰਦੇ ਨੇ 1-2 ਵਾਰੀ ਜਾਂ 1 ਵਾਰੀ, ਉਹ ਕੀ ਉਹ ਦੇਖ ਰਹੇ ਹੁੰਦੇ ਨੇ ਕਿ ਹੱਡੀ ਔਰ ਜੋੜ ਦਾ ਗੈਪ ਕਿੰਨਾ ਵੇ, ਜਾਂ ਇਹ ਚੈੱਕ ਕਰ ਰਹੇ ਹੁੰਦੇ ਨੇ ਕਿ ਹੱਡੀ ਚੁੱਭ ਰਹੀ ਹੈ ਜਾਂ ਨਹੀਂ ਚੁੱਭਣੇ ਵਾਲੀ ਹੈ, ਇਹਦੇ ਮਤਲਬ ਤੁਹਾਡੀ ਕੀ ਰਾਏ? ਮੇਰੀ ਰਾਏ ਤੇ ਇਹੀ ਹੈ ਕਿ ਸਾਰੇ ਉਸਤਾਦ ਹੀ ਕਾਬਿਲ ਇਹਤਰਾਮ ਨੇ, ਲੇਕਿਨ ਉਹਨਾਂ ਦਾ ਆਪਣਾ ਤਜਰਬਾ। ਇਸ ਤਰ੍ਹਾਂ ਹੱਡੀਆਂ ਤੇ ਹੱਥ ਮਾਰਨ ਦਾ ਇੱਕ ਜਿਹੜਾ ਨਾ ਉਹ ਕੀ ਕਹਿੰਦੇ ਨੂੰ ਆਦਤ ਜਿਹੀ ਹੋ ਗਈ ਹੁੰਦੀ ਹਰ ਇੱਕ ਨੇ, ਇਸ ਤਰ੍ਹਾਂ ਪਾੜ ਖੋਲਣ ਦੀ, ਇਸ ਤਰ੍ਹਾਂ ਮਾਰਨਾ ਗਰਦਨ ਨੂੰ ਮਰੋੜਨ ਦੀ, ਪਿੱਛੇ ਹੱਥ ਮਾਰਨ ਦੀ, ਸਭ ਇੱਕ ਸਟਾਈਲ ਨੇ ਕਬੂਤਰ ਨੂੰ ਦੇਖਣ ਦੇ। ਲੇਕਿਨ ਕੋਈ ਵੀ ਉਸਤਾਦ ਇਹ ਕਰਕੇ ਕਿ ਲੈ ਬਈ ਇਹ ਹੱਡੀ ਹੈ ਜੀ ਅਤੇ ਇੰਝ ਕੰਮ ਕਰੂਗਾ, ਅਜੇ ਤੱਕ ਮੈਂ ਕੋਈ ਐਸਾ ਉਸਤਾਦ ਦੇਖਿਆ ਨਹੀਂ ਜਿਹੜਾ ਪੈਦਾ ਹੋਇਆ ਹੈ ਕਿ ਇੰਝ ਹੱਡੀ ਨੂੰ ਹੱਥ ਮਾਰੇ, ਇੰਝ ਗਰਦਨ ਮਰੋੜੇ, ਪਰ ਖੋਲੇ ਔਰ ਬਾਅਦ 'ਚ ਕੇ ਲੈ ਬਈ ਪੁੱਤਰਾ ਲੈ ਜਾ ਅਤੇ ਇਹ ਕੰਮ ਕਰੇਗਾ।
ਜੰਮਿਆ ਨਹੀਂ ਕੋਈ ਮਾਂ ਨੇ, ਮਾਂ ਨੇ ਜੰਮਿਆ ਨਹੀਂ, ਇਹ ਝੂਠ ਗੱਲਾਂ ਨੇ, ਇਹ ਸਿਰਫ ਆਦਤ ਬਣ ਗਈ ਇੰਜ ਇੰਜ ਇੰਜ, ਲੇਕਿਨ ਜਿਹਨੂੰ ਪਤਾ ਉਹ ਦੱਸਦਾ ਨਹੀਂ। ਇਸ ਤਰ੍ਹਾਂ ਦਾ ਵੀ ਇੱਕ ਇਲਮ ਹੈ, ਇਸ ਤਰ੍ਹਾਂ ਦਾ ਵੀ ਇਲਮ ਹੈ, ਔਰ ਇਹ ਗਰਦਨਾ ਮਰੋੜਨ ਦਾ ਵੀ ਇਲਮ ਹੈ, ਲੇਕਿਨ ਜਿਹਨੂੰ ਪਤਾ ਉਹ ਦੱਸਦਾ ਨਹੀਂ, ਉਹ ਕੁਛ ਦਾ ਕੁਛ ਹੀ ਦੱਸਦਾ। ਤੇ ਤੁਸੀਂ ਅੱਜ ਸਾਡੇ ਨਾਜ਼ਰੀਨ ਨੂੰ ਦੱਸੋ ਨਾ ਜੀ, ਇਹ ਸਿੱਖਣ ਨਵੀਂ ਨਸਲ ਜਿਹੜੀ ਹੈ, ਨਵੇਂ ਸ਼ੌਕੀਨ ਹਜ਼ਰਾਤ ਨੇ, ਉਹਨਾਂ ਨੂੰ ਪਤਾ ਚੱਲੇ ਇਹ ਇਲਮ ਜਿੰਨਾ ਬਣ ਜਾਓਗੇ ਤੇ ਆਖਰਤ ਦੇ ਵਿੱਚ ਵੀ ਤੁਹਾਡੇ ਕੰਮ ਆਏਗਾ, ਲੋਕ ਦੁਆਈ ਦੇਣਗੇ। ਚਲੋ ਅਸੀਂ ਤੇ ਦੱਸਣ ਵਾਸਤੇ ਤਿਆਰ ਹਾਂ, ਲੇਕਿਨ ਜਿਸ ਵੇਲੇ ਆ ਤੁਸੀਂ ਇਹ ਪਾਰ ਖੋਲੋ ਤੇ ਦੇਖੋ ਵਿੱਚ ਗੈਪ ਨਾ ਆਏ, ਠੀਕ ਹੈ, ਤਾਂ ਕਿ ਹਵਾ ਹਰਜ ਹੋ ਗਈ ਤੇ ਫਿਰ ਕਬੂਤਰ ਲੰਬੀ ਉਚਾਈ ਤੇ ਕਰ ਜਾਏਗਾ, ਲੇਕਿਨ ਵਾਪਸੀ ਘਰ ਚ ਆਉਣਾ ਮੁਸ਼ਕਲ ਹੋ ਜਾਏਗਾ। ਪਰ ਤੇ ਪਰ ਇਹ ਖੋਲਣ ਦਾ ਮਕਸਦ ਇਹ ਹੁੰਦਾ ਕਿ ਉਹ ਆਪਣਾ ਜਿਹੜਾ ਨਾ ਉਸਦੇ ਪਰਾਂ ਦੀ ਲੰਬਾਈ ਕਿੰਨੀ ਹੈ ਤੇ ਉਹਨਾਂ ਦੀ ਚੌੜਾਈ ਕਿੰਨੀ ਹੈ, ਠੀਕ ਹੈ, ਜੇ ਜਿੱਥੇ ਹਵਾ ਤੇਜ਼ ਚੱਲੇ ਜਾਂ ਘੱਟ ਚੱਲੇ ਉੱਥੇ ਕਬੂਤਰ ਦੀ ਅੰਦਰੂਨੀ ਤੇ ਬਰੂਨੀ ਦੋਵਾਂ ਦਾ ਮਲ ਦਖਲ। ਹੁਣ ਰਾਜਸਥਾਨ ਹੈ, ਉੱਥੇ ਕਲਮੂ ਹੈ, ਕਬੂਤਰ ਨੇ ਬੜੇ ਚੌੜੇ ਪਰਾਂ ਦੇ ਵੱਡੇ ਸਾਈਜ਼ ਦੇ, ਫਿਰ ਮੋਤੀ ਵਾਲੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਉਹ ਬਾਜਰੇ ਕਬੂਤਰ ਕਹਿੰਦੇ ਨੇ, ਉਹ ਬਹੁਤ ਵੱਡੇ ਸਾਈਜ਼ ਨੇ, ਕਿਉਂਕਿ ਰਾਜਸਥਾਨ 'ਚ ਹਵਾ ਬੜੀ ਤੇਜ਼ ਚੱਲਦੀ, ਉੱਥੇ ਵੱਡੇ ਪਰ ਦਾ ਕੰਮ ਕਰਦੇ ਨੇ। ਸਿਆਲਕੋਟ, ਕਸੂਰ, ਲਾਹੌਰ, ਇੱਥੇ ਹਵਾ ਰੁਕ ਕੇ ਚੱਲਦੀ ਹੈ, ਇੱਥੇ ਛੋਟੇ ਬਾਡੀ ਦਾ ਵੀ ਕੰਮ ਕਰ ਜਾਂਦਾ, ਛੋਟੇ ਪਰਾਂ ਦਾ ਵੀ ਕੰਮ ਕਰ ਜਾਂਦਾ। ਟੈਡੀਆਂ ਦੇ ਅਕਸਰ ਦੇ ਪਰ ਸਿੱਧੇ ਨੇ, ਨੁਕੀਲੇ ਨੇ, ਬੁਲੰਦੀ ਬਹੁਤ ਕਰਦੇ ਨੇ, ਜਿਸ ਵਕਤ ਨਿਕਲ ਕੇ ਆਉਂਦੇ ਨੇ ਮੌਸਮ ਬਿਲਕੁਲ ਹਵਾ 'ਚ ਕੋਈ ਨਮੀ ਨਹੀਂ ਹੁੰਦੀ, ਹਵਾ 'ਚ ਕੋਈ ਰਫਤਾਰ ਨਹੀਂ ਹੁੰਦੀ, ਬਾਸਾਨੀ ਪਰ ਖੋਲਦੇ ਖੋਲਦੇ ਘਰ ਬੈਠ ਜਾਂਦੇ ਨੇ। ਅਗਰ ਇਹੋ ਹੀ ਕਸੂਰੀਆਂ ਨੂੰ ਸਿਆਲਕੋਟ ਲੈ ਚਲੋ, ਸ਼ਾਮ ਦੇ ਟਾਈਮ ਹਵਾ ਚੱਲਣੀ ਤੇ ਉਹ ਫਨਾ ਹੋ ਜਾਣੇ ਨੇ, ਉਹ ਨਹੀਂ ਵਾਪਸ ਘਰ ਬੈਠ ਸਕਦੇ, ਉੱਥੇ ਚੌੜੇ ਪਰਾਂ ਵਾਲੇ ਘਰ ਬੈਠਣਾ। ਬਿਲਕੁਲ, ਤੇ ਉਹ ਹੱਡੀ ਦਾ ਅਸੀਂ ਕਰ ਰਹੇ ਸੀਗੇ, ਹੱਡੀ ਔਰ ਜੋੜ, ਜੋੜ ਕਿਉਂਕਿ ਇਹਦਾ ਬੈਲੈਂਸ ਹੁੰਦਾ, ਇਹ ਕਬੂਤਰ ਨੂੰ ਮੋੜਦਾ ਮੋੜਦਾ, ਜਿਹਨੂੰ ਐਕਸਲ ਕਹਿੰਦੇ ਨੇ, ਇਹ ਦੋ ਜੋੜ ਜੇ ਨਾ ਐਕਸਲ ਦਾ ਕੰਮ ਕਰਦੇ ਨੇ, ਅਗਰ ਇਹ ਬਿਲਕੁਲ ਕਲੋਜ਼ ਹੋਣਗੇ ਤਾਂ ਰਗੜ ਰਗੜ ਕੇ ਨਾ ਐਕਸਲ ਦੇ ਵਿੱਚ ਇਹਨਾਂ ਨੂੰ ਖੁਦ ਹੀ ਇੰਨੀ ਦਰਦ ਸ਼ੁਰੂ ਹੋ ਜਾਏਗੀ ਕਿ ਇਹ ਦਫਾ ਹੋ ਜਾਣਗੇ, ਇਹਨਾਂ ਚ ਫਾਸਲਾ ਹੋਣਾ ਚਾਹੀਦਾ ਤਾਂ ਕਿ ਮੋੜਨਾ ਚ ਆਸਾਨੀ ਰਹੇ। ਔਰ ਜੋੜ ਨਰਮ ਹੋਣੇ ਚਾਹੀਦੇ ਥੋੜੇ ਜਾਂ ਸਖਤ ਹੋਣੇ ਨਹੀਂ, ਚਾਹੀਦੇ ਨਾ ਸਖਤ ਨਾ ਨਰਮ, ਇਹ ਬਿਲਕੁਲ ਦਰਮਿਆਨ ਨੇ ਹੋਣੇ ਚਾਹੀਦੇ, ਅਗਰ ਸਖਤ ਹੋਣਗੇ ਤੇ ਰਗੜ ਖਾਣਗੇ ਤੇ ਉਹ ਵੀ ਕੰਮ ਨਹੀਂ ਆਉਣਾ, ਨਰਮ ਹੋਣਗੇ ਤੇ ਇਹਨਾਂ ਜਿਸ ਵਕਤ ਇਹਨੂੰ ਦੂਰ ਤੱਕ ਕਬੂਤਰ ਨੂੰ ਮੋੜਨ ਦੀ ਐਕਸਲ ਨੇ ਕੰਮ ਨਹੀਂ ਕਰਨਾ, ਨਰਮ ਕੰਮ ਨਹੀਂ ਕਰਦਾ। ਔਰ ਔਰ ਪ੍ਰੋਫੈਸਰ ਸਾਹਿਬ, ਜਿਹੜੀ ਲੰਬੀ ਹੱਡੀ ਹੈ, ਲੰਬੀ ਹੱਡੀ ਇਹਦਾ ਔਰ ਜੋੜਾਂ ਦਾ ਕਿੰਨਾ ਕੁ ਗੈਪ ਹੋਣਾ ਚਾਹੀਦਾ? ਗੈਪ ਇੱਕ ਉਂਗਲ ਬਹੁਤ ਹੈ, ਹੋਈ ਇੱਕ ਉਂਗਲ ਕਾਫੀ, ਇੱਕ ਉਂਗਲ ਗੈਪ ਬਹੁਤ ਅੱਛਾ, ਅਗਰ ਜ਼ਿਆਦਾ ਹੋਏਗਾ ਫਿਰ ਨਹੀਂ ਸਹੀ ਹੋ ਚਾਹੀਦਾ। ਜ਼ਿਆਦਾ ਵੀ ਬੜੇ ਉੱਡੇ ਨੇ, ਲੇਕਿਨ ਉਹਨਾਂ ਦੇ ਨਾਲ ਫਿਰ ਅਦਰ ਜਿਹੜੇ ਬਾਕੀ ਮਾਮਲੇ ਨੇ ਉਹ ਵੀ ਚੈੱਕ ਕਰਨੇ ਪੈ ਜਾਂਦੇ ਨੇ। ਬਹੁਤ ਖੁੱਲਾ ਨਹੀਂ ਹੋਣਾ ਚਾਹੀਦਾ ਕਿ ਜਿਸ ਦੇ ਮਤਲਬ ਉਹ ਖੁਸ਼ਕ ਹੀ ਹੋ ਜਾਏ ਇੱਥੋਂ ਸਾਰਾ ਤੇ ਵਾਪਸ ਬਿੱਠਾਂ ਕਿੱਥੋਂ ਕਰਨੀਆਂ, ਸਾਰੇ ਇੱਥੇ ਲੱਗ ਜਾਣੀਆਂ। ਉਹ ਥੋੜਾ ਜਿਹਾ ਬੈਲੈਂਸ, ਇੱਕ ਉਂਗਲ ਕੰਮ, ਇੱਕ ਉਂਗਲ ਤੋਂ ਜ਼ਿਆਦਾ ਗੈਪ ਨਹੀਂ ਹੋਣੀ ਚਾਹੀਦੀ, ਇੱਕ ਉਂਗਲ ਤੋਂ ਘੱਟ ਨਹੀਂ ਹੋਣਾ ਚਾਹੀਦਾ, ਬਿਲਕੁਲ ਜੁੜ ਜਾਂਦਾ ਨਾ ਫਿਰ ਸਾਰੀਆਂ ਬਿੱਟਾਂ ਨਾਲ ਹੀ ਜੁੜ ਜਾਂਦੀਆਂ, ਉਹ ਫਿਰ ਉਹਦੀ ਹੀਟ ਪੈਦਾ ਹੋ ਜਾਂਦੀ ਆ। ਤੀਸਰਾ ਸਵਾਲ ਸੀਗਾ ਮੇਰਾ ਕਿ ਹੁਣ ਐਂਡ ਤੇ ਉਹੀ, ਹੁਣ ਤੁਸੀਂ ਮਾਸ਼ਾਅੱਲਾ ਕਾਫੀ ਪੁਆਇੰਟ ਕਲੀਅਰ ਕਰ ਦਿੱਤੇ ਨੇ, ਸ਼ੌਕੀਨ ਹਜ਼ਰਾਤਾਂ ਨੂੰ ਸਮਝ ਵੀ ਆ ਗਈ ਹੋਣੀ ਹੈ, ਕੁਝ ਲਰਨ ਵੀ ਕੀਤਾ ਹੋਣਾ। ਹੁਣ ਜਿੰਦੇ ਅਸੀਂ ਫਾਰ ਐਗਜ਼ਾਮਪਲ, ਮੈਂ ਨਵਾਂ ਸ਼ੌਕੀਨ ਆ ਜੀ, ਜੀ ਬਿਲਕੁਲ, ਇਨੀਸ਼ੀਅਲ ਸਟੇਜ ਤੇ ਆ, ਮੇਰੇ ਕੋ ਅੱਛੇ ਪਰਿੰਦੇ ਨਹੀਂ, ਲੇਕਿਨ ਮੈਂ ਤਲਾਸ਼ ਦੇ ਵਿੱਚ ਰਹਿਣਾ ਕਿ ਮੈਨੂੰ ਅੱਛੇ ਪਰਿੰਦੇ ਕਿਤੇ ਨਾ ਕਿਤੇ ਲੱਭਣ। ਤਕਰੀਬਨ 100% ਦੀ ਗੱਲ ਦਰੁਸਤ ਹੈ ਕਿ ਹਰ ਸ਼ੌਕੀਨ ਇੱਕ ਪਿਆਸ ਹੈ ਉਹਦੀ, ਮੇਰੇ ਕੋਲ ਉਹਦੀ ਪਿਆਸ ਤਾਂ ਹੀ ਪੁੱਛ ਸਕਦੇ ਹੋ ਕੋਈ ਚੰਗਾ ਜਾਨਵਰ ਆ। ਹੁਣ ਮੈਨੂੰ ਇਹ ਦੱਸੋ, ਅਗਰ ਕਿਸੇ ਦੇ ਖੁੱਡੇ 'ਚ ਮੈਂ ਜਾਣਾ, 50 ਜਾਂ 100 200 ਕਬੂਤਰ ਫਿਰਨ ਦਿਆਂ, ਮੈਂ ਉਹਦੇ 'ਚੋਂ ਅੱਛਾ ਪਰਿੰਦਾ ਕਿੰਝ ਸਿਲੈਕਟ ਕਰਾਂ? ਕਿਉਂਕਿ ਅੱਜ ਕੱਲ੍ਹ ਦੇ ਦੌਰ ਫੈਂਸੀ ਵੀ ਇਹ ਵੇਚਣੇ ਵਾਲਿਆਂ ਨੇ ਅੱਛੇ ਅੱਛੇ ਕਲਰਾਂ ਦੇ ਬਣਾਏ ਹੋਏ ਨੇ, ਅੱਛੀ ਅੱਖਾਂ ਨੇ,
ਨਵੇਂ ਬੰਦੇ ਨੂੰ ਤੇ ਕੋਈ ਪਤਾ ਨੀ। ਬਹੁਤ ਸਾਰੇ ਹਾਂਜੀ ਅੱਛੇ ਖਲੋਂਦੇ ਵੀ ਨੇ, ਮੋਟੇ ਤਾਜ਼ੇ ਨੇ, ਹੱਡੀਆਂ ਵੀ ਚੰਗੀਆਂ ਨੇ, ਤੇ ਮੈਂ ਐਜ਼ ਏ ਨਯਾ ਸ਼ੌਕੀਨ ਮੈਂ ਇਹਨੂੰ ਕਿੰਜ ਸਿਲੈਕਟ ਕਰਾਂ, ਪਰਿੰਦ ਨੂੰ ਜਾ ਕੇ ਸਾਰਿਆਂ ਨਾਲੋਂ ਪਹਿਲੇ ਕਿੰਜ ਦੇਖਾਂ। ਬੜੀ ਬਾਤ ਤੋਂ ਕਈ ਬਾਤਾਂ ਨਿਕਲਦੀਆਂ ਨੇ। ਸ਼ੌਕ ਦੋ ਕਿਸਮ ਦਾ, ਇੱਕ ਤੇ ਤੁਹਾਡੇ ਆਪਣੇ ਮਨ ਦੀ ਖੁਸ਼ੀ ਹੈ ਕਬੂਤਰ ਦੇਖ ਕੇ ਖੁਸ਼ ਹੋਣਾ, ਇੱਕ ਤੁਸੀਂ ਉਡਾ ਕੇ ਤੇ ਉਹ ਇੱਕ ਬਹੁਤ ਵੱਡੇ ਟੂਰਨਾਮੈਂਟਾਂ 'ਚ ਇੱਕ ਆਪਣਾ ਮੁਕਾਮ ਪੈਦਾ ਕਰੋ। ਦੋ ਤਰ੍ਹਾਂ ਦੀ ਹੈ ਪਹਿਚਾਣ ਕਿ ਅਗਰ ਤੁਸੀਂ ਮੁਕਾਮ ਪੈਦਾ ਕਰਨਾ ਤੇ ਫਿਰ ਇਹ ਤੁਹਾਨੂੰ ਨਾ ਤੇ ਜ਼ਰੂਰਤ ਹੈ ਦੀ ਕਿ ਹੈ ਸੀਲ ਮੁਰਗਾ ਹੋਵੇ, ਨਾ ਤੇ ਜ਼ਰੂਰਤ ਹੈ ਦੀ ਕਿ ਹੈ ਬਤਖ ਹੋਵੇ, ਕਿਉਂਕਿ ਬਤਖ ਸ਼ੇਰ ਵੀ ਕਬੂਤਰ ਚੈਂਪੀਅਨ ਹੁੰਦੇ ਨੇ। ਸੀਲ ਮੁਰਗ ਦੀ ਤਰ੍ਹਾਂ ਖਿਲਾਉਣ ਵਾਲੇ ਬਾਡੀ ਬਿਲਡਰਾਂ ਦੀ ਤਰ੍ਹਾਂ ਕਬੂਤਰ ਬਿਲਕੁਲ ਜ਼ੀਰੋ ਵੀ ਹੁੰਦੇ ਨੇ, ਲੇਕਿਨ ਸ਼ੌਕ ਤੇ ਵੀ ਤੁਹਾਡਾ ਕਿ ਤੁਸੀਂ ਬਾਡੀ ਬਿਲਡਰ ਰੱਖਣੇ ਨੇ ਜਾਂ ਬਤਖ ਨੁਆ ਰੱਖਣੇ ਨੇ, ਇਹ ਤਾਂ ਹੁਣ ਤੁਹਾਡੇ 'ਤੇ ਡਿਪੈਂਡ ਕਰਦਾ। ਹਰ ਸ਼ੌਕੀਨ 'ਤੇ ਨਹੀਂ ਇਹ ਦੇਖਦਾ, ਹਰ ਸ਼ੌਕੀਨ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੇਰੇ ਕੋਲ ਬਾਡੀ ਬਿਲਡਰ ਹੋਵੇ, ਜੈਸੇ ਬਿਲਕੁਲ 100% ਸ਼ਿਕਰਾ ਹੀ ਹੋਵੇ, ਕਿ ਦੇਖਣ 'ਚ ਕਬੂਤਰ ਨਹੀਂ ਕੋਈ ਜੰਗਲੀ ਸ਼ਿਕਰਾ ਹੀ ਲੱਗੇ ਮੈਨੂੰ। ਲੇਕਿਨ ਦੇਖਣਾ ਕਿ ਇਹਦੇ ਪਿੱਛੇ ਨਸਲ ਕਿਹੜੀ ਹੈ, ਸ਼ਕਲ ਕੋਈ ਵੀ ਹੈ, ਸ਼ਿਕਰਾ ਹੋਵੇ ਜਾਂ ਬਤਾ ਹੋਵੇ, ਦੇਖਣਾ ਕਿ ਇਹਦਾ ਬਲੱਡ ਲਾਈਨ ਕਿਹੜੀ ਹੈ, ਇਹਦੇ ਭੈਣਾਂ ਭਰਾ ਮਾਂ ਬਾਪ ਦਾਦਾ ਨਾਨਾ ਦਾਦੀ ਜੋ ਵੀ ਸੀ ਉਹਨਾਂ ਦੀ ਕੀ ਪਰਫਾਰਮੈਂਸ ਹੈ। ਅਗਰ ਉਹ ਸੀਲ ਮੁਰਗੇ ਔਰ ਬਾਡੀ ਬਿਲਡਰ ਦੀ ਤਰ੍ਹਾਂ ਔਰ ਪਿੱਛੇ ਪਰਫਾਰਮੈਂਸ ਹਾਈ ਫਲਾਇਰ ਸਮਾਨ ਗਿਆ ਕਦੀ ਵਾਪਸ ਨਹੀਂ ਆਇਆ, ਤਾਂ ਅਕਸਰੀਅਤ ਦਾ ਸ਼ੌਕ ਇਹੋ ਹੀ ਹੈ। ਲੇਕਿਨ ਜਿਹੜੇ ਲੋਕ ਟੂਰਨਾਮੈਂਟ 'ਚ ਹਿੱਸਾ ਲੈਂਦੇ ਨੇ, ਬੜੇ ਬੜੇ ਨਾਮਵਰ ਲੋਕ ਹੋਏ ਨੇ, ਉਹਨਾਂ ਦੇ ਕਬੂਤਰਾਂ ਦੇ ਬਾਡੀ ਬਿਲਡਰ ਨਹੀਂ ਹੋਏ, ਉਹਨਾਂ ਦੇ ਕਬੂਤਰ ਸਾਦੇ ਕਬੂਤਰ ਹੋਏ ਨੇ, ਵਸਫ ਵਾਲੇ ਕਬੂਤਰ ਹੋਏ ਨੇ। ਜਦੋਂ ਵੀ ਕਿਸੇ ਦੇ ਘਰ ਜਾਓ ਉਹਦੇ 'ਤੇ ਕਬੂਤਰਾਂ 'ਤੇ ਨਾ ਸਵਾਲ ਕਰੋ, ਉਹਦੇ ਕਹੋ ਕਿ ਤੁਹਾਡਾ ਸਭ ਤੋਂ ਜ਼ਿਆਦਾ ਕਿਹੜੇ ਪਰਿੰਦਾ ਜੋੜੇ ਦੇ ਬੱਚੇ ਉੱਡਦੇ ਨੇ, ਦਿਖਾਓ ਸਾਨੂੰ, ਜਾਂ ਕਿਹੜਾ ਕਬੂਤਰ ਸਭ ਤੋਂ ਜ਼ਿਆਦਾ ਸਾਲ ਉੱਡਿਆ ਤੁਹਾਡੇ ਕੋਲ, ਜਿਹੜਾ ਸਭ ਤੋਂ ਜ਼ਿਆਦਾ ਸਾਲ ਉੱਡਿਆ ਦਾ ਉਹਦੇ ਫੜ ਕੇ ਚੈੱਕ ਕਰ ਲਈਏ, ਉਹਨੂੰ ਚੈੱਕ ਕਰੋ, ਬਾਕੀਆਂ ਨੂੰ ਰਹਿਣ ਦਿਓ। ਠੀਕ ਹੈ, ਸੀਲ ਮੁਰਗੇ ਖਰੀਦਣ ਦੀ ਜ਼ਰੂਰਤ ਨਹੀਂ ਹੈਗੀ, ਸੀਲ ਮੁਰਗਾ ਕਦੀ ਉੱਡ ਕੇ ਨਾ 4 ਫੁੱਟ ਨਹੀਂ ਚੜ੍ਹ ਸਕਿਆ। ਇਸੇ ਤਰ੍ਹਾਂ ਬਹੁਤ ਬਨਾਵਟੀ ਕਬੂਤਰ ਜਿਹੜੇ ਨੇ ਉਹ ਸਿਰਫ ਫੈਂਸੀ ਤੇ ਹੋ ਸਕਦੇ ਨੇ, ਲੇਕਿਨ ਸਮ ਟਾਈਮ ਉਹ ਤੁਹਾਨੂੰ ਧੋਖਾ ਦੇ ਜਾਂਦੇ। ਇਹਦਾ ਮਤਲਬ ਹੈ ਤੁਹਾਡਾ ਕਹਿੰਦਾ ਕਿ ਕਿਸੇ ਅੱਛੀ ਛੱਤ ਤੇ ਜਾਓ, ਜਿਹੜੀ ਨਾਮੀ ਗ੍ਰਾਮੀ ਛੱਤ ਤੇ, ਉਹਦੇ ਪਰਫਾਰਮੈਂਸ, ਉਹਨਾਂ ਦੇ ਪਰਫਾਰਮ ਕੀਤੇ ਹੋਏ ਕਬੂਤਰਾਂ ਦਾ ਸ਼ੌਕ ਕਰੋ, ਉਹਨਾਂ ਦੇ ਤਲਾਸ਼ ਕਰੋ ਕਿ ਇਹ ਚੀਜ਼ਾਂ ਨੇ ਉਹਨਾਂ ਨੂੰ ਜਿਹੜਾ ਵੀ ਅੱਛਾ ਲੱਗੇ ਉਹ ਲੈ ਲਓ, ਪਤਾ ਕਿਉਂ ਉਹਦੇ ਪੈਸੇ ਭਰ, ਅਗਰ ਤੇ ਤੁਸੀਂ ਸ਼ੌਕ ਰੱਖਦੇ ਹੋ ਖੁੱਡੇ ਤੱਕ ਫੈਂਸੀ ਤੱਕ, ਤੇ ਫਿਰ ਜਿਹੜਾ ਬਨਾਵਟੀ ਅੱਛਾ ਲੱਗਦਾ ਉਹ ਤੁਸੀਂ ਫੜ ਲਓ। ਜੇ ਅਗਰ ਤੁਸੀਂ ਸ਼ੌਕ ਕਰਨਾ ਕਿ ਤੁਹਾਡਾ ਟੂਰਨਾਮੈਂਟ 'ਚ ਕੰਪੀਟੀਸ਼ਨ 'ਚ ਆਉਣਾ, ਔਰ ਕੰਪੀਟੀਸ਼ਨ 'ਚ ਜਿਹੜੇ ਲੋਕਾਂ ਦਾ ਬੜਾ ਨਾਂ, ਉਹਨਾਂ ਕੋਲ ਜਾ ਕੇ ਉਹਨਾਂ ਦੇ ਕਬੂਤਰ ਉਡਾ ਕੇ ਚੈੱਕ ਕਰ ਲਓ, ਜਿਹੜਾ ਸਭ ਤੋਂ ਅੱਛਾ ਲੱਗੇਗਾ, ਬਗੈਰ ਟੈਸਟ ਤੋਂ ਕਬੂਤਰ ਨਾ ਲਵੋ, ਬਿਲਕੁਲ ਫਜ਼ੂਲ ਬਾਤ ਹੈ ਕਿ ਤੁਸੀਂ ਖੁੱਡੇ ਜਾਓ ਤੇ ਉਹ ਬਹੁਤ ਫੈਂਸੀ ਹੈ ਤੇ ਉਹ ਤੁਹਾਡੇ ਕੰਮ ਕਰੇਗਾ, ਬਿਲਕੁਲ ਨਹੀਂ ਹੋ ਸਕਦਾ। ਹੋ ਸਕਦਾ ਕਰ ਵੀ ਜਾਏ, ਲੇਕਿਨ 100% ਝੂਠ ਹੋ ਜਾਂਦਾ। ਤੁਸੀਂ ਸਿਰਫ ਪਰਫਾਰਮੈਂਸ ਆਪਣੀ ਅੱਖਾਂ ਨਾਲ ਦੇਖੋ, 1 ਦਿਨ ਗਏ ਹੋ, 2 ਦਿਨ ਗਏ ਹੋ, 3 ਦਿਨ ਜਾਓ, ਉਹ ਤੀਸਰੇ ਦਿਨ ਅਗਰ ਉਹ ਫਿਰ ਵੀ ਘਰ ਪਿਆ ਹੁੰਦਾ ਤੇ ਉਹਦੀ ਅੱਛੀ ਨਸਲ ਹੈ, ਅਗਰ ਉਹ ਤੀਸਰੇ ਦਿਨ ਨਜ਼ਰ ਹੀ ਨਹੀਂ ਆਇਆ ਤੇ ਫਿਰ ਤੇ ਉਹ ਪਹਿਲੇ ਦਿਨ ਧੋਖਾ ਤੁਹਾਨੂੰ ਉਹਨੇ ਦਿੱਤਾ, ਦੂਜੇ ਦਿਨ ਵੀ, ਤੀਸਰੇ ਦਿਨ ਉਹ ਜ਼ਾਹਰ ਹੋ ਗਿਆ। ਠੀਕ ਹੈ ਜੀ, ਮੇਰਾ ਖਿਆਲ ਹੈ ਦੋਸਤਾਂ ਨੂੰ ਕਾਫੀ ਮਾਲੂਮਾਤ ਮਿਲ ਗਈਆਂ ਹੋਣੀਆਂ ਨੇ, ਤੇ ਕੁਝ ਸਾਨੂੰ ਵੀ ਬਹੁਤ ਕੁਝ ਸਿੱਖਣ ਦਾ ਪ੍ਰੋਫੈਸਰ ਸਾਹਿਬ ਤੋਂ ਮਿਲਿਆ। ਬਾਕੀ ਸ਼ੁਕਰੀਆ ਤੁਹਾਡਾ, ਔਰ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਤੁਹਾਡਾ ਜੀ, ਜਿਨ੍ਹਾਂ ਨੇ ਇਲਮ ਸ਼ੇਅਰ ਕੀਤਾ ਤਮਾਮ ਲੋਕਾਂ ਨਾਲ, ਸਾਡੇ ਨਾਜ਼ਰੀਨ ਨਾਲ, ਖਸੂਸੀ ਤੌਰ ਤੇ ਬੜੀ ਕਾਵਿਸ਼ ਉਸਤਾਦ ਖਵਾਜਾ ਅਬਦੁਲ ਰਹੀਮ ਸਾਹਿਬ ਦੀ, ਇੱਥੇ ਕੈਨੇਡਾ ਚ ਬੈਠੇ ਹੋਏ ਵੀ ਇਹ ਲੋਕਾਂ ਨੂੰ ਇਲਮ ਵੰਡ ਰਹੇ ਨੇ, ਔਰ ਅਸੀਂ ਵੀ ਖੁਸ਼ ਨਸੀਬ ਹਾਂ ਕਿ ਅਸੀਂ ਇਹਨਾਂ ਦੇ ਕੋਲ ਬੈਠੇ ਹੋਏ ਹਾਂ, ਔਰ ਇਨਸ਼ਾਅੱਲਾ ਤਾਲਾ
ਅਲਾਮੀਆਂ ਦੇ ਫਜ਼ਲੋ ਕਰਮ ਦੇ ਨਾਲ ਪਹਿਲਾ ਪਿਛਲੇ ਸਾਲ ਪਹਿਲਾ ਸਾਲ ਸੀ ਛੱਤ ਦਾ ਸਾਡੇ ਕੋਲ ਉੱਥੇ ਸਰਗੋਧੇ 'ਚ ਚੱਕ 104 ਜਨੂਬੀ ਸਰਗੋਧਾ ਉੱਥੇ ਪਿਛਲੇ ਸਾਲ ਮਤਲਬ ਕਿ ਇੱਕ ਸਾਲ ਹੋਇਆ ਛੱਤ ਤਿਆਰ ਕੀਤੀਆਂ ਅਸੂ 'ਚ ਸਾਡੇ ਸਾਡੇ 6-6 ਵਜੇ 7-7 ਵਜੇ ਕਬੂਤਰ ਬੈਠੇ ਨੇ 3-3 4-4 ਸ਼ਾਮ ਨੂੰ ਪਹਿਲੇ ਸਾਲ 3 ਮਹੀਨਿਆਂ ਦੇ ਵਿੱਚ ਬਹੁਤ ਹੀ ਇਨਸ਼ਾਅੱਲਾ ਤਾਲਾ 3 ਸਾਲ ਲੱਗਣਗੇ ਇਹ ਛੱਤ ਅਗਲੇ ਤੀਸਰੇ ਸਾਲ ਦੇ ਵਿੱਚ ਇਨਸ਼ਾਅੱਲਾ ਤਾਲਾ ਇਹ ਅੱਗੇ ਬਹੁਤ ਕਾਰਗਰਦੀ ਦੇ ਵਿੱਚ ਆਏਗੀ ਤੇ ਇਨਸ਼ਾਅੱਲਾ ਤਾਲਾ ਆਪਣਾ ਰੱਬ ਦੇ ਰੱਬੇ ਕਰੀਮ ਦੇ ਨਾਲ ਜੋ ਵੀ ਮਿਹਰਬਾਨੀ ਹੋਏਗੀ ਸਾਡੇ ਤੇ ਵੀ ਤੇ ਨਸੀਮ ਤੇ ਵੀ ਇਹਨਾਂ ਦੀ ਛੱਤ ਤੇ ਵੀ ਇਨਸ਼ਾਅੱਲਾ ਤਾਲਾ ਛੱਤ ਅਗਲੇ ਸਾਲ ਇਹਨਾਂ ਦੀ ਛੱਤ ਜਿਹੜੀ ਹੈ ਕੁਛ ਪਰਸੈਂਟ ਹੋਰ ਆ ਜਾਏਗੀ ਕਿ ਉਹ ਦੂਸਰੇ ਸਾਲ 'ਚ ਚਲੇ ਜਾਣੀ ਹੈ ਮਤਲਬ ਕਿ ਜਦੋਂ ਕਹਿ ਲਓ 2.5 ਸਾਲ ਕਹਿ ਲਓ ਤੇ ਥੋੜ੍ਹੇ ਜਿਹੇ ਪਰਿੰਦਿਆਂ ਤੋਂ ਸ਼ੁਰੂ ਕੀਤਾ ਸੀ ਸ਼ੌਕ ਤੇ ਹੁਣ ਆਹਿਸਤਾ ਆਹਿਸਤਾ ਪਰਿੰਦੇ ਅੱਛੇ ਬਣ ਰਹੇ ਨੇ 3-4 ਸਾਲ ਲੱਗਦੇ ਨੇ ਛੱਤ ਬਣਾਉਣ 'ਚ ਤੇ ਇਨਸ਼ਾਅੱਲਾ ਤਾਲਾ ਛੱਤ ਬਣ ਜਾਏਗੀ ਤੇ ਸਾਹਮਣੇ ਵੀ ਆ ਜਾਏਗੀ ਅਗਰ ਸਾਡੀ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਨੂੰ ਅੱਗੋਂ ਹੋਰ ਵੀ ਇਨਸ਼ਾਅੱਲਾ ਤਾਲਾ ਅਪਡੇਟ ਦਿੰਦੇ ਰਹਾਂਗੇ ਸਾਨੂੰ ਇਜਾਜ਼ਤ ਦਿਓ ਜੀ ਹਾਜ਼ਰ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਮੌਕਾ ਦਿੰਦੇ ਹੋ ਕਿ ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕੀਏ ਲੇਕਿਨ ਬਹੁਤ ਸਾਰੇ ਲੋਕਾਂ ਬਹੁਤ ਸਾਰੀਆਂ ਚੀਜ਼ਾਂ ਮੇਬੀ ਮਿਸ ਵੀ ਹੋਈਆਂ ਹੋਣ ਦੇ ਵਿੱਚ ਦੇ ਕਮੈਂਟਸ ਦੇ ਵਿੱਚ ਜ਼ਰੂਰ ਦੱਸੋ ਫਿਰ ਅਸੀਂ ਅੱਗੋਂ ਦੁਬਾਰਾ ਫਿਰ ਵੀਡੀਓ ਬਣਾ ਦਾਂਗੇ ਕੋਈ ਚੀਜ਼ 'ਚ ਮਿਸ ਹੋਈ ਆ ਜਾਂ ਤੁਹਾਨੂੰ ਲੱਗੀ ਹੈ ਕਿ ਇਹ ਠੀਕ ਨਹੀਂ ਹੈ ਅਸੀਂ ਗਲਤ ਕਹੀਏ ਤੇ ਉਹ ਕਮੈਂਟ ਦੇ ਵਿੱਚ ਦੱਸੋ ਅਸੀਂ ਤੁਹਾਨੂੰ ਇਨਸਾਨ ਹੈ ਨਾ ਜੀ ਇਨਸਾਨ ਤੋਂ ਹਰ ਚੀਜ਼ ਮਿਸ ਹੋ ਜਾਂਦੀ ਹੈ ਮੈਂ ਅਗਰ ਹੁਣ ਉਹ ਕੈਮਰਾ ਬੰਦ ਕਰ ਲਾਂ ਆ ਸਾਡਾ ਕੈਮਰਾਮੈਨ ਹੈ ਨਹੀਂ ਹੈ ਆਪ ਹੀ ਬਣਿਆ ਹਾਂ ਅਜਾ ਸਾਹਿਬ ਆ ਜਾ ਹਾਂ ਸਾਹਿਬ ਆਪ ਹੀ ਮਾਹਿਰ ਹੋ ਗਏ ਨੇ ਕੈਮਰੇ ਦੇ ਨਹੀਂ ਅਸਲ 'ਚ ਇਹ ਗਲਤ ਰੱਖ ਲੈਂਦਾ ਇੱਥੇ ਪਿੰਜਰਾ ਜੀ